ਇਸ ਸਾਲ ਦਾ ਸਭ ਤੋਂ ਠੰਡਾ ਦਿਨ ਹੋਣਾ ਅੱਜ। ਪਤਾ ਨਹੀਂ ਮੈਨੂੰ ਹੀ ਠੰਡ ਜ਼ਿਆਦਾ ਅੱਜ ਲੱਗ ਰਹੀ ਹੈ, ਪਰ ਅੱਜ ਬਹੁਤੀ ਸਰਦੀ ਫੀਲ ਹੋਈ। ਦੋ ਦੋ ਤਿੰਨ ਤਿੰਨ ਕੋਟੀਆਂ ਪਾ ਕੇ ਵੀ ਠੰਡ ਨਹੀਂ ਲੈਂਦੀ ਆਪੋ ਆਪਣੇ ਸਰੀਰ ਨੇ, ਕਈਆਂ ਨੂੰ ਲੱਗਦੀ ਹੋਈ ਨਹੀਂ। ਮਾੜੀ ਮੋਟੀ ਕੋਟੀ ਸਵੈਟਰ ਪਾ ਕੇ ਵੀ ਤੁਰੇ ਫਿਰਦੇ ਨੇ, ਕਈ ਠੰਡ ਘੱਟ ਫੀਲ ਕਰਦੇ ਆ, ਕਈ ਜ਼ਿਆਦਾ ਠੰਡ ਫੀਲ ਕਰਦੇ ਆ। ਹਰ ਇੱਕ ਦਾ ਸਰੀਰ ਵੱਖਰਾ ਹੈ, ਹਰ ਇੱਕ ਦੀ ਬੋਡੀ ਵੱਖਰੀ ਹੈ। ਔਰ ਸਟਰਕਚਰ ਵੱਖਰਾ ਹੁੰਦਾ, ਖਾਣ ਪੀਣ ਵੱਖਰਾ ਹੁੰਦਾ। ਸੋ ਅੱਜ ਬੜੀ ਠੰਡ ਹੈ, ਬੜੀ ਠੰਡ ਹੈ, ਬੜੀ ਠੰਡ ਹੈ। ਪਰ ਕੀ ਸਾਡੇ ਮਨ ਵਿੱਚ ਵੀ ਇੰਨੀ ਹੀ ਠੰਡ ਹੈ? ਸਾਡੇ ਮਨ ਵੀ ਠੰਡੇ ਹਨ? ਮਨ ਨਹੀਂ ਠੰਡਾ ਹੁੰਦਾ, ਇਹ ਗਿਆਨ ਨਾਲ ਅਕਲ ਨਾਲ ਠੰਡਾ ਹੁੰਦਾ ਹੈ। ਇਹ ਜਦੋਂ ਸਾਧੂ ਬਣਦਾ ਹੈ, ਸਾਧ ਲੈਂਦਾ ਆਪਣੇ ਆਪ ਨੂੰ, ਫਿਰ ਠੰਡਾ ਹੁੰਦਾ। ਜਿੰਨਾ ਚਿਰ ਭਟਕਦਾ ਰਹਿੰਦਾ ਉਹਨਾਂ ਚਿਰ ਠੰਡਾ ਨਹੀਂ ਹੋ ਸਕਦਾ। ਨਹਿ ਸੀਤਲੰਗ ਚੰਦਰ ਦੇਵ ਹੈ, ਚੰਦਰਮਾ ਨੂੰ ਠੰਡਾ ਮੰਨਿਆ, ਕਹਿੰਦੇ ਇਹ ਵੀ ਇੰਨਾ ਠੰਡਾ ਨਹੀਂ। ਪਾਤਸ਼ਾਹ ਕਹਿੰਦੇ 52 ਉਂਗਲਾਂ ਦਾ ਚੰਦਨ ਹੁੰਦਾ, ਕਹਿੰਦੇ ਇਹ ਠੰਡਾ ਕਹਿੰਦੇ ਨਹਿ ਸੀਤਲੰਗ 52 ਚੰਦਨ ਹੈ। ਸਰਦੀ ਦੀ ਰੁੱਤ ਠੰਡੀ ਹੈ ਜੀ, ਨਹਿ ਸੀਤਲੰਗ ਸੀਤ ਰੁੱਤੇ, ਉਹ ਵੀ ਇੰਨੀ ਠੰਡੀ। ਫਿਰ ਮਹਾਰਾਜ ਅਸਲੀ ਸੀਤਲਤਾ ਕਿੱਥੇ ਹੈ? ਕਹਿੰਦੇ ਨਾਨਕ ਸੀਤਲੰਗ ਸਾਧ ਸਵਜਨ ਹੈ। ਸਾਧੂ ਦੀ ਸੰਗਤ ਵਿੱਚ ਬਹੁਤ ਸ਼ੀਤਲਤਾ ਹੁੰਦੀ ਹੈ, ਸਾਧੂਆਂ ਦੀ ਸੰਗਤ ਵਿੱਚ ਬਹੁਤ ਠੰਡ ਹੁੰਦੀ ਹੈ। ਪਰ ਬਸ਼ਰਤੇ ਅਗਲਾ ਠੰਡਾ ਹੋਵੇ। ਸਾਧੂ ਦਾ ਮਤਲਬ ਚੋਲੇ ਵਾਲਾ ਨਹੀਂ ਹੁੰਦਾ, ਸਾਧੂ ਸਾਡੀ ਮਾਂ ਵੀ ਹੋ ਸਕਦੀ ਹੈ, ਸਾਡਾ ਪਿਓ ਵੀ ਹੋ ਸਕਦਾ ਹੈ, ਸਾਡਾ ਗੁਆਂਢੀ ਵੀ ਹੋ ਸਕਦਾ ਹੈ, ਕੋਈ ਵੀ ਹੋ ਸਕਦਾ। ਜਿਹਦੇ ਕੋਲ ਬੈਠ ਕੇ ਮਨ ਠੰਡਾ ਹੋ ਜਾਏਗਾ, ਸ਼ਾਂਤ ਹੋ ਜਾਏਗਾ, ਅਤੇ ਜਿੱਦਣ ਆਪ ਸਾਧੂ ਬਣ ਜਾਏਗਾ ਫਿਰ ਬਿਲਕੁਲ ਸੀਤਲ ਹੋ ਜਾਏਗਾ। ਚੰਗੀ ਸੰਗਤ ਕਰਕੇ, ਸ਼ੁੱਭ ਗੁਣ ਆਪਣੀ ਜ਼ਿੰਦਗੀ 'ਚ ਲਿਆ ਕੇ ਸਾਧੂ ਬਣ ਜਾਏਗਾ, ਟਿਕ ਜਾਏਗਾ, ਠੰਡਾ ਹੋ ਜਾਏਗਾ। ਸੋ ਸਰਦੀ ਬਾਹਰ ਹੈ, ਠੰਡ ਹੈ, ਪਰ ਮਨ ਠੰਡੇ ਨਹੀਂ ਹਨ। ਭੁੱਜਦੇ ਨੇ ਜਿਵੇਂ ਪੱਠੀ 'ਚ ਦਾਣੇ ਭੁੱਜਦੇ ਹੈ, ਇੱਦਾਂ ਹੀ ਭੁੱਜਦੇ ਰਹਿੰਦੇ ਆ। ਭਾਵੇਂ ਜੇਠ ਹਾੜ ਦੀ ਗਰਮੀ ਹੈ, ਬੰਦਾ ਤਾਂ ਵੀ ਤਪੀ ਜਾਂਦਾ, ਭਾਵੇਂ ਪੋਹ ਮਾਂਗ ਦੀ ਸਰਦੀ ਹੈ, ਬੰਦਾ ਫਿਰ ਵੀ ਤਪੀ ਜਾਂਦਾ, ਤਪੀ ਜਾਂਦਾ, ਤਪੀ ਜਾਂਦਾ। ਕਿਸੇ ਨੇ ਗੱਡੀ ਲੈ ਆਉਂਦੀ, ਇਹ ਤਪੀ ਜਾਂਦਾ। ਕਿਸੇ ਨੇ ਘਰ ਖਰੀਦ ਲਿਆ, ਓਹੋ, ਇਹ ਫਿਰ ਤਪੀ ਜਾਂਦਾ। ਕਿਸੇ ਦਾ ਬੱਚਾ ਬਾਹਰ ਚਲਿਆ ਗਿਆ, ਇਹ ਫਿਰ ਤਪੀ ਜਾਂਦਾ। ਕਿਸੇ ਨੇ ਕੋਠੀ ਪਾ ਲਈ, ਤਪੀ ਜਾਂਦਾ। ਕਿਸੇ ਦੀ ਘਰ ਵਾਲੀ ਸੋਹਣੀ ਆ ਗਈ, ਇਹ ਹੋਰ ਤਪੀ ਜਾਂਦਾ। ਕਿਸੇ ਨੇ ਕਿੱਲਾ ਜ਼ਮੀਨ ਦਾ ਖਰੀਦ ਲਿਆ, ਇਹ ਹੋਰ ਤਪੀ ਜਾਂਦਾ। ਕਦੇ ਕਿਸੇ ਦੇ ਬੱਚੇ ਦੇ ਨੰਬਰ ਜ਼ਿਆਦਾ ਆ ਗਏ, ਇਹ ਫਿਰ ਤਪੀ ਜਾਂਦਾ। ਸਾਰੀ ਜ਼ਿੰਦਗੀ ਤਪੀ ਜਾਂਦਾ, ਤਪੀ ਜਾਂਦਾ। ਯਾਦ ਰੱਖਣਾ, ਸਾਨੂੰ ਲੋਕ ਨਹੀਂ ਤਪਾਉਂਦੇ, ਅਸੀਂ ਆਪ ਤਪਦੇ ਹਾਂ, ਅਸੀਂ ਖੁਦ ਤਪਦੇ ਹਾਂ। ਕੋਈ ਤਪਾਉਣਾ ਚਾਹੁੰਦਾ, ਤਪਾ ਲੈਣ ਦੇ, ਤੂੰ ਨਾ ਤਪ। ਕੋਈ ਤੈਨੂੰ ਸਾੜਨਾ ਚਾਹੁੰਦਾ, ਤੂੰ ਕਿਉਂ ਸਾੜਦਾ ਹੈ? ਅਗਲਾ ਤੈਨੂੰ ਸਾੜਨਾ ਚਾਹੁੰਦਾ, ਤੂੰ ਨਾ ਸਾੜ। ਲੋਕ ਤਪਾਉਣਾ ਚਾਹੁੰਦੇ ਨੇ, ਨਾ ਤਪੋ। ਸਾੜਨਾ ਚਾਹੁੰਦੇ ਨੇ, ਨਾ ਸੜੋ। ਅਗਲਾ ਗੱਡੀ ਲਿਆ ਕੇ ਤੈਨੂੰ ਸਾੜਦਾ, ਤੂੰ ਸਾੜਨਾ।
ਤੇਰਾ ਰੋਗ ਹੈ ਸੜਨਾ, ਬੜੀ ਵੱਡੀ ਪ੍ਰੋਬਲਮ ਹੈ। ਕਿਸੇ ਦੇ ਘਰ ਕੋਈ ਚੀਜ਼ ਆਏਗੀ, ਸੜਾਂਗੇ, ਤੜਫਾਂਗੇ। ਸੜਨਾ ਸਾਡੀ ਬਿਮਾਰੀ ਹੈ, ਸਾਡਾ ਰੋਗ ਹੈ। ਸੜਨਾ ਬੰਦ ਕਰ ਦਈਏ, ਜੈਲਸ ਬੰਦ ਕਰ ਦਈਏ, ਈਰਖਾ ਬੰਦ ਕਰ ਦਈਏ। ਕਿਸੇ ਨੇ ਗੱਡੀ ਲਿਆਂਦੀ ਹੋਵੇ, ਮਾਲਕਾ ਸਭ ਨੂੰ ਦਈ, ਸਾਰੇ ਮਿਹਨਤ ਕਰਨ, ਤੇਰੇ ਤੋਂ ਅਕਲ ਲੈ ਲੈਣ ਅਤੇ ਸਾਰੇ ਹੀ ਲੈ ਆਉਣ। ਸਭ ਵਾਸਤੇ ਅਰਦਾਸ ਕਰਿਆ ਕਰੋ, ਸਰਬੱਤ ਦਾ ਭਲਾ ਮੰਗਿਆ ਕਰੋ। ਕਿਸੇ ਨੂੰ ਸਾੜਨ ਦੀ ਭਾਵਨਾ ਹੀ ਮਨ 'ਚ ਨਾ ਰੱਖੋ। ਜਦੋਂ ਅਸੀਂ ਸਾੜਦੇ ਹਾਂ ਫਿਰ ਅਗਲਾ ਵੀ ਸਾੜਦਾ ਹੈ। ਤੁਸੀਂ ਕੁਝ ਸਾੜੋਗੇ, ਵਿਖਾਓਗੇ, ਅਗਲੇ ਨੇ ਤੁਹਾਨੂੰ ਉਸ ਤੋਂ ਵੱਡਾ ਲਿਆ ਕੇ ਵਿਖਾਉਣਾ ਕੁਛ ਨਾ ਕੁਛ। ਸੋ ਮਨ ਨੇ ਜਿਹੜੇ ਇਹਨਾਂ ਨੂੰ ਸੜਨ ਤੋਂ ਬਚਾਓ। ਮਨ ਵਿੱਚ ਸ਼ਾਂਤੀ, ਮਨ ਵਿੱਚ ਸਹਿਜ ਲੈ ਕੇ ਆਈਏ। ਤੀਸਰੇ ਪਾਤਸ਼ਾਹ ਦਾ ਵਚਨ ਆਪਾਂ ਪੜ੍ਹਿਆ, ਇਹ ਮਨ ਰੂੜੇ ਰੰਗਲੇ, ਤੂੰ ਸੱਚਾ ਰੰਗ ਚੜਾਏ, ਸੱਚਾ ਹੋ ਜਾ, ਸੱਚ ਦਾ ਰੰਗ ਚੜਾ ਆਪਣੇ ਆਪ ਉੱਤੇ। ਜ਼ਿੰਦਗੀ ਦੇ ਵਿੱਚ ਝੂਠ ਨਹੀਂ ਬੋਲਣਾ, ਜਿੰਨੀ ਹੈਸੀਅਤ ਹੈ, ਔਕਾਤ ਸ਼ਬਦ ਨਾ ਵਰਤੀਏ, ਹੈਸੀਅਤ ਹੈ ਉਦਾਂ ਦਾ ਬਣ ਕੇ ਰਹਿ, ਜਿੱਡਾ ਹੈਗਾ ਉੱਡਾ ਦਿਸ। ਜੇ ਤੈਨੂੰ ਲੋਕ ਵਧੀਆ ਵਧੀਆ ਕਹਿੰਦੇ ਨੇ ਤਾਂ ਵਧੀਆ ਬਣ ਵੀ, ਲੋਕ ਕਹਿੰਦੇ ਨੇ ਬੰਦਾ ਹੀ ਬਹੁਤ ਵਧੀਆ, ਫਿਰ ਹੈਗਾ ਅੰਦਰੋਂ ਬਹੁਤ ਘਟੀਆ, ਅੰਦਰੋਂ ਵੀ ਵਧੀਆ ਬਣ। ਜਿੰਨੀ ਤੇਰੀ ਹੈਸੀਅਤ ਜੇ ਘੱਟ ਹੈ, ਲੋਕ ਵਧੀਆ ਸਮਝਦੇ ਆ, ਤਾਂ ਵਧੀਆ ਬਣ, ਵਧੀਆ ਬਣ ਭਾਈ, ਆਪਣੇ ਆਪ ਨੂੰ ਵਧੀਆ ਬਣਾ ਲੈ, ਆਪਣੀ ਹਸਤੀ ਹੈਸੀਅਤ ਬਣਾ। ਜੇ ਘੱਟ ਹੈ ਤਾਂ ਕੋਈ ਗੱਲ ਨਹੀਂ, ਘੱਟ ਹੀ ਦਿਸ ਜਾ, ਦਿਸਦਾ ਜਿਵੇਂ ਦਾ ਉਵੇਂ ਦਾ ਬਣ, ਸੱਚ ਦਾ ਰੰਗ ਚੜਾ। ਅਤੇ ਜੇ ਸੱਚ ਨਾਲ ਜੁੜ ਜਾਏਗਾ ਫਿਰ ਮੈਲ ਲੈਂਦੀ ਹੈ, ਮੈਂ ਉਹ ਮੈਂ ਇੱਦਾਂ, ਕਹਿੰਦੇ ਸਾਫ਼ ਕਿਵੇਂ ਹੋਏਗਾ, ਇੰਨੀ ਈਗੋ ਦੀ ਮੈਲ ਹੰਕਾਰ ਦੀ ਲਈ ਫਿਰਦਾ, ਹੰਕਾਰ ਦੀ ਇੰਨੀ ਮੈਲ ਲਈ ਫਿਰਦਾ, ਇੰਨੀ ਅੱਕ ਲੱਗੀ ਪਈ ਅੰਦਰ, ਮੈਲ ਇੰਨੀ ਲਈ ਫਿਰਦਾ। ਸੱਚ ਨਾਲ ਜੁੜੇ ਬਿਨਾਂ ਤਾਂ ਮੈਲ ਲੈਣੀ ਨਹੀਂ।